ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰਿਆਂ ਨੇ ਵੀਰਾਂ ਭਰਾਵਾਂ ਪੱਤਰਕਾਰਾਂ ਨੇ ਸਾਡੇ ਬਾਦ ਐਸੋਸੀਏਸ਼ਨ ਲੁਧਿਆਣਾ ਦੇ ਪ੍ਰਧਾਨ ਚੇਤਨ ਸ਼ਰਮਾ ਤੇ ਸਾਡੇ ਵੱਡੇ ਵੀਰ ਐਡਵੋਕੇਟ ਗੁਰਮੀਤ ਸਿੰਘ ਰੱਤੂ ਭਾਜੀ ਉਹਨਾਂ ਨੇ ਸਾਥ ਦਿੱਤਾ ਜਿਹਦੇ ਨਾਲ ਅੱਜ ਪੰਜਾਬ ਪੁਲਿਸ ਵੱਲੋਂ ਜਿਹੜੀ ਸਦਰ ਥਾਣਾ ਲੁਧਿਆਣਾ ਵੱਲੋਂ ਮੈਨੂੰ ਸੱਦਿਆ ਗਿਆ ਸੀ ਪਹਿਲਾਂ ਆ ਕੇ ਉਹ 5:30 ਵਜੇ ਆ ਕੇ ਲੈ ਗਏ ਸੀ ਲਲਤੋ ਚੌਂਕੀ ਵਾਲੇ ਪੀਤਾ ਦੇ ਕੋਈ ਡੀਐਸਪੀ ਸਾਹਿਬ ਨੇ ਪੁੱਛਗਿਛ ਕਰਨੀ ਆ ਤੇ ਉਹ ਚੌਂਕੀ ਜਾਣਾ ਮੈਂ ਕਿਹਾ ਚਲੋ ਦੱਸੋ ਮੈਂ ਤਾਂ ਉਦੋਂ ਕਿਹਾ ਵੀ ਜੇ ਕੋਈ ਅੱਗੇ ਦੀ ਗੱਲ ਹੈਗੀ ਦੱਸ ਦਿਓ ਮੈਂ ਕੱਪੜੇ ਸਮਾਨ ਚੱਕ ਲਵਾਂ ਪਰ ਉਹ ਕਹਿੰਦੇ ਨਹੀਂ ਫੇਰ ਉਹ ਚੌਂਕੀ ਤੋਂ ਥਾ ਉਹ ਥਾਣਾ ਸਦਰ ਚਲੇ ਗਏ ਉੱਥੇ ਉਹਨਾਂ ਨੇ ਡੀਐਸਪੀ ਨਾਲ ਗੱਲ ਕੀਤੀ ਮੈਂ ਫੇਰ ਉਹ ਪੁੱਛਗਿਛ ਲਿਖਣ ਲੱਗੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਨਹੀਂ ਪੁੱਛਗਿਛ ਨਹੀਂ ਮੈਨੂੰ ਕੋ ਲੁਕਾਉਣੀ ਮੈਂ ਅਪਰਾਧੀ ਨਹੀਂ ਜਾਦਾ ਮੈਨੂੰ ਰੈਸਟ ਪਾਓ ਜਾਂ ਮੈਨੂੰ ਦੱਸੋ ਕਿਹੜੇ ਡੀਐਸਪੀ ਨੂੰ ਮਿਲਣਾ ਤਾਂ ਫੇਰ ਉਹਨਾਂ ਨੇ ਬਾਅਦ ਦੇ ਵਿੱਚ ਕਿਹਾ ਤਾਂ ਵੀ ਨਹੀਂ ਤੁਹਾਨੂੰ ਅਸੀਂ ਸਵੇਰੇ ਐਡੀਸੀਪੀ ਦੀ ਜਿਹੜੀ ਅਦਾਲਤ ਹੁੰਦੀ ਮੈਜਿਸਟ੍ਰੇਟ ਦੀ 75 ਜਾਦੇ ਤਹਿਤ ਤੁਹਾਨੂੰ ਪੇਸ਼ ਕਰਾਂਗੇ ਕੱਲ ਜੇਲ੍ਹ ਭੇਜਾਂਗੇ ਤੋਂ ਉਸੇ ਵੇਲੇ ਮੈਂ ਫੇਰ মিডিਆ ਦੇ ਜਾਂ ਘਰੇ ਜਿਨ੍ਹਾਂ ਨੂੰ ਕਹਿ ਕੇ ਗਿਆ ਸੀਗਾ ਤੇ ਉਹਨਾਂ ਨੇ ਫੇਰ ਸਾਡੇ ਪਾਸੇ ਫੋਨ ਖੜਕ ਗਏ ਮੇਰੇ ਐਸੋਸੀਏਟ ਮਨਜੋਤ ਸਿੰਘ ਐਡਵੋਕੇਟ ਤੇ ਅਨੰਦ ਕੁਮਾਰ ਆਪਣੇ ਗਰਮੀਤ ਸਿੰਘ ਤੱਤੂ ਤੇ ਉਹਨਾਂ ਨੂੰ ਮਿਲ ਪਏ ਸੀ ਚੇਤਨ ਵਦਮਾ ਜੋ ਪ੍ਰਧਾਨ ਆ ਸਾਡੇ ਬਾਲ ਦੇ ਉਹਨਾਂ ਨੇ ਫੇਰ ਆਈਜੀ ਨੂੰ ਹੋਥਾਂ ਫੋਨ ਕੀਤੇ ਤੇ ਸਾਡੇ ਪਾਸੋਂ ਬਾਅਦ ਦੇ ਨਾਲ ਦੇ ਨਾਲ মিডিਆ ਜਿੰਨੇ ਵੀ ਖਬਰਖਾਨੇ ਹੈਗੇ ਸਾਦਿਆਂ ਨੇ ਸਾਡੇ ਪਾਸੇ ਖਬਰ ਜਿਹੜੀ ਆ ਉਹ ਪਹੁੰਚ ਗਈ ਤੇ ਸਾਡੇ ਪਾਸੋਂ ਤਾਰਾ ਖੜਕ ਗਈਆਂ ਤਾਂ ਫਿਰ ਉਹ ਪਹਿਲਾਂ ਕਹਿੰਦੇ ਸੀ ਵੀ ਛੋਟੀ ਬੌਂਡ ਤੇ ਛੱਡਾਂਗੇ ਬਾਅਦ ਦੇ ਵਿੱਚ ਉਹਨਾਂ ਨੇ ਪਰਸਨਲ ਬੌਂਡ ਦੇ ਉੱਤੇ ਛੱਡਿਆ ਤੇ ਸ਼ਾਇਦ ਉਹਨਾਂ ਨੇ ਕੋਈ ਅਜੇ ਤੱਕ ਡੀਡੀਆ ਨੰਬਰ ਵੀ ਦਿੱਤਾ ਨਹੀਂ ਪਰ ਉਹ ਸ਼ਾਇਦ ਉਹਦੇ ਤੇ ਵੀ ਉਹਨਾਂ ਨੂੰ ਮਨਾ ਕਰ ਦੇਣ ਸੋ ਇਹ ਕਾਰਜ ਜੋ ਪੰਜਾਬ ਪੁਲਿਸ ਵੱਲੋਂ ਕੀਤਾ ਜਾ ਰਿਹਾ ਸੀ ਲਿਸਟ ਜਾਰੀ ਕੀਤੀ ਗਈ ਸੀ ਜਿਨ੍ਹਾਂ ਨੂੰ ਆਪਰੇਸ਼ਨ ਕਾਸੋ ਦੇ ਤਹਿਤ ਅਰੈਸਟ ਕੀਤਾ ਗਿਆ ਸੀਗਾ ਤੇ ਹੋਰ ਵੀ ਪੈਦਲਾਈ ਜਿਹੜੀ ਕੀਤੀ ਜਾ ਰਹੀ ਸੀ ਉਦੇ ਸਬੰਧ ਦੇ ਵਿੱਚ ਹੀ ਉਹਨਾਂ ਨੇ ਜਿਹੜਾ ਸੱਦਿਆ ਸੀਗਾ ਸੋ ਮੈਂ ਕਿਹਾ ਵੀ ਇਹ ਤਾਂ ਅਸੀਂ ਕੰਮ ਜਾਰੀ ਰੱਖਣਾ ਤੁਸੀਂ ਕਿਸ ਪੌਣਾ ਪਾਓ ਨਹੀਂ ਪੌਣਾ ਨਾ ਪਾਓ ਫਿਰ ਉਹਨਾਂ ਨੇ ਸ਼ਰਤਾ ਤੇ ਸੰਗਤਾਂ ਦੇ ਚੰਨਾਂ ਦੇ ਵਿੱਚ ਤਨਸੀਰ ਕੋਈ ਗੁਰਦੰਸ ਸਿੰਘ ਮਹਾਰਾ ਅਕਾਲ ਪੁਰਖ ਵਾਹਿਗੁਰੂ ਦਾ ਤੇ ਸਾਰਿਆਂ ਦਾ ਸਾਥ ਦੇਣ ਵਾਲਾ ਬਹੁਤ-ਬਹੁਤ ਧੰਨਵਾਦ ਇਹ ਕੰਮ ਜਾਰੀ ਸੀ ਲੀਗਲ ਪੈਰਵਾਈ ਦਾ ਹੈ ਤੇ ਸਦਾ ਰਹੇਗਾ ਤੁਹਾਡੇ ਅਸ਼ੀਰਵਾਦ ਤੇ ਪ੍ਰੇਮਾਂ ਦੇ ਸਦਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਸਾਰਿਆਂ ਨੇ ਵੀਰਾਂ ਭਰਾਵਾਂ ਪੱਤਰਕਾਰਾਂ ਨੇ ਸਾਡੇ ਬਾਦ ਐਸੋਸੀਏਸ਼ਨ ਲੁਧਿਆਣਾ ਦੇ ਪ੍ਰਧਾਨ ਚਿਤਪਤ ਸ਼ਰਮਾ ਤੇ ਸਾਡੇ ਵੱਡੇ ਵੀਰ ਐਡਵੋਕੇਟ ਗੁਰਮੀਤ ਸਿੰਘ ਰੱਤੂ ਭਾਜੀ ਉਹਨਾਂ ਨੇ ਸਾਥ ਦਿੱਤਾ ਜਿਹਦੇ ਨਾਲ ਅੱਜ ਪੰਜਾਬ ਪੁਲਿਸ ਵੱਲੋਂ ਜਿਹੜੀ ਸਦਰ ਥਾਣਾ ਲੁਧਿਆਣਾ ਵੱਲੋਂ ਮੈਨੂੰ ਸੱਦਿਆ ਗਿਆ ਸੀ ਪਹਿਲਾਂ ਆ ਕੇ ਉਹ 5:30 ਵਜੇ ਆ ਕੇ ਲੈ ਗਏ ਸੀ ਲਲਤੋ ਚੌਂਕੀ ਵਾਲੇ ਵੀ ਤੁਹਾਡੇ ਕੋਲ ਕੋਈ ਡੀਐਸਪੀ ਸਾਹਿਬ ਨੇ ਪੁੱਛਗਿੱਛ ਕਰਨੀ ਆ ਤੇ ਉਹ ਚੌਂਕੀ ਜਾਣਾ ਮੈਂ ਕਿਹਾ ਚਲੋ ਦੱਸੋ ਮੈਂ ਤਾਂ ਉਦੋਂ ਕਿਹਾ ਵੀ ਜੇ ਕੋਈ ਅੱਗੇ ਦੀ ਗੱਲ ਹੈਗੀ ਦੱਸ ਦਿਓ ਮੈਂ ਕੱਪੜੇ ਸਮਾਨ ਚੱਕ ਲਵਾਂ ਪਰ ਉਹ ਕਹਿੰਦੇ ਨਹੀਂ ਫੇਰ ਉਹ ਚੌਕੀ ਤੋਂ ਥਾ ਉਹ ਥਾਣਾ ਸਦਰ ਚਲੇ ਗਏ ਉੱਥੇ ਉਹਨਾਂ ਨੇ ਡੀਐਸਪੀ ਨਾਲ ਗੱਲ ਕੀਤੀ ਮੈਂ ਫੇਰ ਉਹ ਪੁਛਗਿਛ ਲਿਖਣ ਲੱਗੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਨਹੀਂ ਪੁਛਗਿਛ ਨਹੀਂ ਮੈਨੂੰ ਕੋਈ ਲਿਖਾਉਣੀ ਮੈਂ ਅਪਰਾਧੀ ਨਹੀਂ ਜ਼ਿਆਦਾ ਮੈਨੂੰ ਰੈਸਟ ਪਾਓ ਜਾਂ ਮੈਨੂੰ ਦੱਸੋ ਕਿਹੜੇ ਡੀਐਸਪੀ ਨੂੰ ਮਿਲਣਾ ਤਾਂ ਫੇਰ ਉਹਨਾਂ ਨੇ ਬਾਅਦ ਦੇ ਵਿੱਚ ਕਹਿਤਾ ਵੀ ਨਹੀਂ ਤੁਹਾਨੂੰ ਅਸੀਂ ਸਵੇਰੇ ਏਡੀਸੀਪੀ ਦੀ ਜਿਹੜੀ ਅਦਾਲਤ ਹੁੰਦੀ ਮੈਜਿਸਟ੍ਰੇਟ ਦੀ 7 ਕੋਨ ਜਾਦੇ ਤਹਿਤ ਤੁਹਾਨੂੰ ਤੋਂਸੋ ਉਸੇ ਵੇਲੇ ਮੈਂ ਫੇਰ মিডিਆ ਦੇ ਜਾਂ ਘਰੇ ਜਿਨ੍ਹਾਂ ਨੂੰ ਕਹਿ ਕੇ ਗਿਆ ਸੀਗਾ ਤੇ ਉਹਨਾਂ ਨੇ ਫੇਰ ਸਾਦੇ ਪਾਸੇ ਫੋਨ ਖੜ ਗਏ ਮੇਰੇ ਐਸੋਸੀਏਟ ਮਨਜੋਤ ਸਿੰਘ ਐਡਵੋਕੇਟ ਤੇ ਅਨੰਦ ਕਮਾਲ ਆਪਣੇ ਗਰਮੀਤ ਸਿੰਘ ਦੱਤੂ ਤੇ ਉਹਨਾਂ ਨੂੰ ਮਿਲ ਪਏ ਸੀ ਚੇਤਨ ਵਦਮਾ ਜੋ ਪ੍ਰਧਾਨ ਆ ਸਾਡੇ ਬਾਲ ਦੇ ਉਹਨਾਂ ਨੇ ਫੇਰ ਆਈਜੀ ਨੂੰ ਹੋਰ ਤਾਂ ਫੋਨ ਕੀਤੇ ਤੇ ਸਾਦੇ ਪਾਸਿਓ ਬਾਅਦ ਦੇ ਨਾਲ ਦੇ ਨਾਲ মিডিਆ ਜਿੰਨੇ ਵੀ ਖਬਰਖਾਨੇ ਹੈਗੇ ਸਾਦਿਆਂ ਨੇ ਸਾਦੇ ਪਾਸੇ ਖਬਰ ਜਿਹੜੀ ਆ ਉਹ ਪਹੁੰਚ ਗਈ ਤੇ ਸਾਦੇ ਪਾਸਿਓ ਤਾਰਾ ਖੜ ਗਈਆਂ ਆਪੇ ਉਹ ਪਹਿਲਾਂ ਕਹਿੰਦੇ ਸੀ ਵੀ ਛੋਟੀ ਬੌਂਦੇ ਸੱਡਾਂਗੇ ਬਾਅਦ ਦੇ ਵਿੱਚ ਉਹਨਾਂ ਨੇ ਪਰਸਨਲ ਬੌਂਦੇ ਉੱਤੇ ਛੱਡਿਆ ਤੇ ਸ਼ਾਇਦ ਉਹਨਾਂ ਨੇ ਕੋਈ ਅਜੇ ਤੱਕ ਡੀਡੀਆ ਨੰਬਰ ਵੀ ਦਿੱਤਾ ਨਹੀਂ ਪਰ ਉਹ ਸ਼ਾਇਦ ਉਹਦੇ ਤੇ ਵੀ ਉਹਨਾਂ ਨੂੰ ਮਨ੍ਹਾ ਕਰ ਦੇਣ ਸੋ ਇਹ ਕਾਰਜ ਜੋ ਪੰਜਾਬ ਪੁਲਿਸ ਵੱਲੋਂ ਕੀਤਾ ਜਾ ਰਿਹਾ ਸੀ ਲਿਸਟ ਜਾਰੀ ਕੀਤੀ ਗਈ ਸੀ ਜਿਨ੍ਹਾਂ ਨੂੰ ਆਪਰੇਸ਼ਨ ਕਾਸੋ ਦੇ ਤਹਿਤ ਅਰੈਸਟ ਕੀਤਾ ਗਿਆ ਸੀਗਾ ਤੇ ਹੋਰ ਵੀ ਪੈਦਵਾਈ ਜਿਹੜੀ ਕੀਤੀ ਜਾ ਰਹੀ ਸੀ ਉਹਦੇ ਸਬੰਧ ਦੇ ਵਿੱਚ ਹੀ ਉਹਨਾਂ ਨੇ ਜਿਹੜਾ ਸੱਦਿਆ ਸੀਗਾ ਸੋ ਮੈਂ ਕਹਾਂ ਵੀ ਇਹ ਤਾਂ ਅਸੀਂ ਕੰਮ جاری ਰੱਖਣਾ ਤੁਸੀਂ ਇਸ ਪਉਣਾ ਪਾਓ ਨਹੀਂ ਪਉਣਾ ਨਾ ਪਾਓ ਫਿਰ ਉਹਨਾਂ ਨੇ ਸ਼ਰਤਾ ਤੇ ਸੰਗਤਾਂ ਦੇ ਚੰਨਾਂ ਦੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦਾ ਤੇ ਸਾਰਿਆਂ ਦਾ ਸਾਥ ਦੇਣ ਵਾਲਿਆਂ ਨੂੰ ਬਹੁਤ ਬਹੁਤ ਧੰਨਵਾਦ ਇਹ ਕੰਮ ਜਾਰੀ ਸੀ ਲੀਗਲ ਪੈਰਵਾਈ ਦਾ ਹੈ ਤੇ ਸਦਾ ਰਹੇਗਾ ਤੁਹਾਡੇ ਸ਼ੀਸ਼ਵਾਦ ਤੇ ਪ੍ਰੇਰਨਾ ਦੇ ਸਦਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ